ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, ਹਉ ਕੁਰਬਾਣੀ ਤਿਨਾ ਗੁਰਸਿੱਖਾਂ, ਭਾਈ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਣਾ, ਉਹਨਾਂ ਦੇ ਜੀਵਨ ਤੋਂ ਵਾਰ ਵਾਰ ਕੁਰਬਾਨ ਜਾਣਾ ਕਰਦਾ ਹਾਂ, ਜਿਹੜੇ ਗੁਰੂ ਕੇ ਸਿੱਖ ਆਪਣੇ ਸਤਿਗੁਰੂ ਦੇ ਗੁਰਪੁਰਬਾਂ ਦੇ ਦਿਹਾੜਿਆਂ ਨੂੰ ਮਨਾਉਣਾ ਕਰਦੇ ਹਨ। ਸਤਿਸੰਗਤ ਦੀ ਜੀਵਨ ਵਿੱਚ ਕੋਈ ਮਨੁੱਖ ਕਿਸੇ 'ਤੇ ਪਰਉਪਕਾਰ ਕਰਦਾ ਹੈ ਤਾਂ ਜਿਹੜਾ ਚੰਗਾ ਇਨਸਾਨ ਹੈ, ਸ੍ਰੇਸ਼ਟ ਇਸ਼ਨਾਨ ਹੈ, ਚੰਗਾ ਇਨਸਾਨ ਉਸ ਗੁਣ ਨੂੰ, ਉਸ ਪਰਉਪਕਾਰ ਨੂੰ ਆਪਣੇ ਜੀਵਨ ਵਿੱਚ ਸਦਾ ਯਾਦ ਰੱਖਦਾ ਹੈ। ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸਨ, ਕੋਈ ਇੱਕ ਬੰਦਾ ਤੁਹਾਡੇ ਉੱਤੇ ਆਸਾਨ ਜ਼ਿੰਦਗੀ ਵਿੱਚ ਕਰ ਦੇਵੇ ਤਾਂ ਉਸ ਨੂੰ 3 ਪੀੜ੍ਹੀਆਂ ਤੱਕ ਯਾਦ ਰੱਖਣ ਦੀ ਬਜ਼ੁਰਗ ਸਿੱਖਿਆ ਦਿਆ ਕਰਦੇ ਸਨ ਕਿ ਭਾਈ ਫਲਾਣੇ ਬੰਦੇ ਨੇ ਔਖੇ ਸਮੇਂ ਵਿੱਚ, ਮੁਸੀਬਤ ਵਿੱਚ ਸਾਡੇ 'ਤੇ ਇਹ ਵੱਡਾ ਅਹਿਸਾਨ ਕੀਤਾ ਸੀ, ਆਪਾਂ ਕਦੇ ਉਹਨਾਂ ਦਾ ਕੀਤਾ ਹੋਇਆ ਅਹਿਸਾਨ, ਕੀਤਾ ਹੋਇਆ ਪਰਉਪਕਾਰ ਭੁਲਾਉਣਾ ਨਹੀਂ, ਬਲਕਿ ਜ਼ਿੰਦਗੀ ਵਿੱਚ ਯਾਦ ਰੱਖਣਾ ਔਰ ਉਹਨਾਂ ਦੇ ਸ਼ੁਕਰਗੁਜ਼ਾਰ ਬਣਨਾ ਹੈ। ਕਿਸੇ ਬੜੇ ਦਾਨੇ ਮਹਾਂਪੁਰਸ਼ ਦੇ ਬਚਨ ਹਨ ਕਿ ਕੋਈ ਮਨੁੱਖ ਤੁਹਾਡੇ 'ਤੇ ਰਾਈ ਦੇ ਦਾਣੇ ਜਿੰਨਾ ਪਰਉਪਕਾਰ ਜ਼ਿੰਦਗੀ ਵਿੱਚ ਕਰ ਦੇਵੇ ਨਾ, ਅਹਿਸਾਨ ਕਰ ਦੇਵੇ, ਉਸ ਨੂੰ ਪਹਾੜ ਜਿੱਡਾ ਸਮਝਣਾ ਚਾਹੀਦਾ ਕਿ ਇਸ ਮਨੁੱਖ ਨੇ ਉਸ ਸਮੇਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਸੀ, ਪਰਉਪਕਾਰ ਕੀਤਾ ਸੀ। ਜਿਹੜਾ ਬੰਦਾ ਭਾਈ ਕਿਸੇ ਦੇ ਪਰਉਪਕਾਰ ਨੂੰ ਭੁਲਾ ਦਿੰਦਾ ਉਸ ਨੂੰ ਅਕਿਰਤ ਘਣ ਕਿਹਾ ਜਾਂਦਾ ਹੈ। ਅਕਿਰਤ ਘਣ ਮਨੁੱਖ ਦਾ ਲੋਕ ਇੱਥੇ ਵੀ ਨਹੀਂ ਸਾਥ ਦਿੰਦੇ, ਕੋਈ ਨਹੀਂ ਉਹਦੀ ਬਾਂਹ ਫੜਦਾ, ਕੋਈ ਢੋਈ ਨਹੀਂ ਦਿੰਦਾ। ਪੁਰਲੋਕ ਵਿੱਚ ਅਕਿਰਤ ਘਣਾਂ ਨੂੰ ਤਾਂ ਪਰਮੇਸ਼ੁਰ ਦੀ ਦਰਗਾਹ ਵਿੱਚ ਕਦੇ ਢੋਈ ਮਿਲ ਹੀ ਨਹੀਂ ਸਕਦੀ। ਸੋ ਮੈਂ ਇਹ ਤਾਂ ਬੇਨਤੀ ਕਰ ਰਿਹਾ ਹਾਂ ਕਿ ਗੁਰਪੁਰਬ ਕਿਉਂ ਮਨਾਉਣੇ ਹਨ, ਗੁਰਪੁਰਬਾਂ ਨੂੰ ਮਨਾਉਣ ਦਾ ਕਾਰਨ ਕੀ ਹੈ, ਮਤਲਬ ਕੀ ਹੈ ਕਿ 10 ਗੁਰੂ ਸਾਹਿਬਾਨਾਂ ਨੇ ਸਾਡੇ ਉੱਤੇ ਮਹਾਨ ਵੱਡੇ ਤੋਂ ਵੱਡੇ ਪਰਉਪਕਾਰ ਕੀਤੇ, ਮਹਾਨ ਰਹਿਮਤਾਂ ਕੀਤੀਆਂ, ਮਹਾਨ ਬਖਸ਼ਿਸ਼ਾਂ ਕੀਤੀਆਂ। 10 ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਹੀ ਅਸੀਂ ਇਸ ਮਾਤ ਲੋਕ ਦੇ ਉੱਤੇ ਤੁਰੇ ਫਿਰਦੇ ਹਾਂ। 10 ਗੁਰੂ ਸਾਹਿਬਾਨਾਂ ਦੀਆਂ ਅਪਾਰ ਰਹਿਮਤਾਂ, ਉਹਨਾਂ ਦੇ ਪਰਉਪਕਾਰਾਂ ਕਰਕੇ ਹੀ ਸਾਨੂੰ ਪੀੜ੍ਹੀਆਂ ਦਰ ਪੀੜ੍ਹੀਆਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਹੋਈ। ਔਰ ਸਤਿਗੁਰੂ ਸਾਹਿਬ ਗੁਰੂ ਦਾ ਇਹ ਸਭ ਤੋਂ ਵੱਡਾ ਬਿਰਧ ਹੁੰਦਾ ਕਿ ਸਾਧ ਸਿੰਘ ਜੀ, ਗੁਰੂ ਕੇਵਲ ਇਸ ਜੀਵਨ ਵਿੱਚ ਹੀ ਨਹੀਂ ਮਨੁੱਖ ਦੀ ਰੱਖਿਆ ਕਰਦੇ, ਸਹਾਇਤਾ ਕਰਦੇ, ਬਲਕਿ ਪ੍ਰਲੋਕ ਵਿੱਚ ਵੀ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ। ਗੁਰੂ ਲੋਕ ਪ੍ਰਲੋਕ ਦਾ ਰਾਖਾ ਹੋਇਆ ਕਰਦਾ ਹੈ, ਲੋਕ ਪ੍ਰਲੋਕ ਵਿੱਚ ਗੁਰੂ ਦੀ ਸਹਾਇਤਾ ਹੁੰਦੀ ਹੈ। ਗੁਰੂ ਦੇ ਪਰਉਪਕਾਰਾਂ ਨੂੰ ਯਾਦ ਰੱਖ ਕੇ, ਉਹਨਾਂ ਦੇ ਮਹਾਨ ਪਰਉਪਕਾਰਾਂ ਨੂੰ ਚੇਤੇ ਰੱਖ ਕੇ ਉਹਨਾਂ ਦੇ ਪੁਰਬ ਮਨਾਉਣੇ, ਗੁਰਪੁਰਬ ਮਨਾਉਣੇ, ਇਹ ਸਾਡਾ ਫਰਜ਼ ਹੈ। ਸਤਿਗੁਰੂ ਜੀ ਦੇ ਐਡੇ ਵੱਡੇ ਸਾਡੇ ਉੱਤੇ ਪਰਉਪਕਾਰ ਹਨ ਜਿਹਦਾ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ।
ਸਤ ਸੰਗਤ ਜੀ, ਇਸ ਕਰਕੇ ਸਤਿਗੁਰੂ ਜੀ ਦੇ ਗੁਰਪੁਰਬਾਂ ਨੂੰ ਮਨਾਉਣਾ ਹਰ ਗੁਰਸਿੱਖ ਮਾਈ ਭਾਈ ਦਾ ਲਾਜ਼ਮੀ ਫਰਜ਼ ਹੈ। ਜਿਹਨੇ ਸਤਿਗੁਰਾਂ ਦੇ ਗੁਰਪੁਰਬ ਮਨਾ ਲਏ ਉਹ ਧੰਨਤਾ ਦੇ ਯੋਗ ਬਣ ਗਿਆ। ਇਹ ਸਾਡਾ ਫਰਜ਼ ਹੈ, ਸਾਡੇ 'ਤੇ ਮਹਾਨ ਸਤਿਗੁਰੂ ਸਾਹਿਬਾਨਾਂ ਨੇ ਪਰਉਪਕਾਰ ਕੀਤੇ ਹੈ, ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ। ਯਾਦ ਰੱਖਣ ਦਾ ਢੰਗ ਤਰੀਕਾ ਇਹੋ ਹੀ ਹੈ, ਜਦੋਂ ਵੀ ਕੋਈ ਗੁਰਪੁਰਬ ਆਵੇ, ਅਵਤਾਰ ਦਿਹਾੜਾ ਆਵੇ, ਗੁਰਤਾ ਗੱਦੀ ਆਵੇ, ਜੋਤੀ ਜੋਤ ਸਮਾਉਣ ਦਾ ਦਿਹਾੜਾ ਆਵੇ, ਉਸ ਦਿਨ ਗੁਰੂ ਘਰ ਵਿੱਚ ਜਥਾ ਸ਼ਕਤ ਦਾ ਮਤਲਬ ਹੁੰਦਾ ਜਿੰਨੀ ਸਮਰੱਥਾ ਹੋਵੇ, ਸਾਰਾ ਨਗਰ, ਸਾਰੇ ਗੁਰਸਿੱਖ, ਸਾਰੀਆਂ ਸੰਗਤਾਂ ਮਿਲ ਕੇ ਅਖੰਡ ਪਾਠ ਸਾਹਿਬ ਕਰਾਉਣ। ਜੇ ਅਖੰਡ ਪਾਠ ਸਾਹਿਬ ਕਰਾਉਣ ਦੀ ਸਮਰੱਥਾ ਨਹੀਂ ਤਾਂ ਸਹਿਜ ਪਾਠ ਕਰਾਇਆ ਜਾਏ। ਜੇ ਸਹਿਜ ਪਾਠ ਵੀ ਨਹੀਂ ਕਰਾ ਸਕਦੇ ਤਾਂ ਗੁਰਪੁਰਬ ਵਾਲੇ ਦਿਨ ਦੀਵਾਨ ਜ਼ਰੂਰ ਸਜਾਓ, ਕੀਰਤਨ ਕਥਾ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਹੋਏ, ਔਰ ਜੇ ਹੋ ਸਕੇ ਤਾਂ ਲੰਗਰ ਵੀ ਤਿਆਰ ਕੀਤਾ ਜਾਏ, ਔਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਵਿੱਚ ਗੁਰਪੁਰਬਾਂ ਦੀ ਬੇਨਤੀ ਕੀਤੀ ਜਾਏ। ਇਸ ਲਈ ਗੁਰਪੁਰਬ ਮਨਾਉਣੇ ਸਾਡੇ ਸਾਰਿਆਂ ਦਾ ਬਹੁਤ ਜ਼ਰੂਰੀ ਅਤੇ ਵੱਡਾ ਫਰਜ਼ ਹੈ। ਸਾਡੇ ਉੱਤੇ ਸਤਿਗੁਰੂ ਸਾਹਿਬਾਨ ਦੀਆਂ ਅਪਾਰ ਬਖਸ਼ਿਸ਼ਾਂ ਔਰ ਰਹਿਮਤਾਂ ਹਨ, ਮਹਾਨ ਉਹਨਾਂ ਦੇ ਸਾਡੇ ਉੱਤੇ ਪਰਉਪਕਾਰ ਹਨ।